ਕੋਈ ਸਾਡੀ ਵੀ ਸੁਣ ਲਵੋ ਸਰਪੰਚ ਸਾਹਿਬ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਇਹ ਆਵਾਜ਼ ਜਿਹੜੀ ਹੈ ਪੰਜਾਬ ਦੇ ਵਿੱਚ ਹਮੇਸ਼ਾ ਸੁਣਨ ਨੂੰ ਮਿਲਦੀ ਹੈ ਕਿ ਸਰਪੰਚ ਸਾਹਿਬ ਸੁਣਦੇ ਹਨ ਕਿ ਨਹੀਂ ਸੁਣਦੇ, ਕਿ ਉਹ ਵਾਕਈ ਹੀ ਜਿਹੜੇ ਸਾਡੇ ਦਰਸ਼ਕ ਕਹਿ ਕੇ ਗਏ ਨੇ ਹਿਮਾਇਤ ਕਰਦੇ ਹਨ ਦੂਜੀ ਪਾਰਟੀਆਂ ਦੀ, ਔਰ ਖਾਸ ਤੌਰ 'ਤੇ ਉਹਨੇ ਸਿਆਸਤਦਾਨਾਂ ਦੀ ਜੋ ਕਿ ਉਸ ਪਾਰਟੀ ਦੇ ਨਾਲ ਸੰਬੰਧਿਤ ਹਨ, ਸੀਨੀਅਰ ਲੀਡਰ ਹਨ। ਜੋ ਸੀਨੀਅਰ ਲੀਡਰ ਨੇ ਕਹਿਤਾ ਉਹ ਸਰਪੰਚ ਕਰੂਗਾ। ਆਖਿਰਕਾਰ ਸਰਪੰਚ ਸਾਹਿਬ ਦੇ ਆਪਣਾ ਜ਼ਮੀਰ ਹੈਗਾ, ਆਪਣੇ ਜਜ਼ਬਾਤ ਹੈਗੇ ਨੇ, ਇਹ ਗੱਲ ਜਾਣਨੀ ਬੇਹੱਦ ਜ਼ਰੂਰੀ ਹੈ। ਔਰ ਰੂਲਿੰਗ ਪਾਰਟੀ ਜਿਹੜੀ ਹੈ ਉਹਦਾ ਸਰਪੰਚ ਹੋਣਾ ਕਿਉਂ ਜ਼ਰੂਰੀ ਹੈ, ਔਰ ਉਹ ਅਗਰ ਸਰਪੰਚ ਬਣ ਕੇ ਸਾਹਮਣੇ ਆਉਂਦਾ ਤਾਂ ਉਹ ਕਿਸ ਤਰੀਕੇ ਨਾਲ ਆਪਣੇ ਪਿੰਡ ਦਾ ਵਿਕਾਸ ਕਰ ਸਕਦਾ ਅਗਰ ਉਹ ਰੂਲਿੰਗ ਪਾਰਟੀ ਦਾ ਸਰਪੰਚ ਹੈ। ਸਵਾਲ ਬਣੇ ਹੋਏ ਨੇ ਨਵੀਨ ਜੀ, ਵਟ ਯੂ ਥਿੰਕ ਅਬਾਊਟ ਦਸ? ਦੇਖੋ, ਰੂਲਿੰਗ ਪਾਰਟੀ ਦਾ ਇਤਿਹਾਸ ਹੈਗਾ ਕਿ ਰੂਲਿੰਗ ਜਿਹੜੀ ਵੀ ਪਾਰਟੀ ਰੂਲ ਕਰਦੀ ਹੈ, ਜਿਹੜੀ ਆਪਣੇ ਚੰਡੀਗੜ੍ਹ 'ਚ ਜਿਹਦਾ ਰਾਜ, ਜਿਹਦਾ ਪੰਜਾਬ ਦੇ ਵਿੱਚ ਜਿਹਦੀ ਸਰਕਾਰ ਹੈ, ਉਹੀ ਉਹਨਾਂ ਦੀ ਹੀ ਪਾਰਟੀ ਦੇ ਜ਼ਿਆਦਾਤਰ ਉਮੀਦਵਾਰ ਪਿੰਡਾਂ ਲੈਵਲ 'ਤੇ ਜਿੱਤਦੇ ਨੇ, ਕਿਉਂਕਿ ਪਿੰਡਾਂ ਵਾਲਿਆਂ ਨੂੰ ਵੀ ਇਹ ਸਮਝ ਹੈ ਕਿ ਅਗਰ ਅਸੀਂ ਰੂਲਿੰਗ ਪਾਰਟੀ ਦੇ ਹੀ ਕੈਂਡੀਡੇਟ ਨੂੰ ਜਿਤਾਵਾਂਗੇ ਤਾਂ ਹੀ ਸਾਡੇ ਪਿੰਡਾਂ ਦਾ ਵਿਕਾਸ ਹੋਏਗਾ। ਹੁਣ ਮੰਨ ਕੇ ਚੱਲੋ ਜੇ ਕਾਂਗਰਸ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਔਰ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਆਮ ਆਦਮੀ ਪਾਰਟੀ ਦਾ ਤੁਸੀਂ ਸਰਪੰਚ ਜਿਤਾ ਦਿੰਦੇ ਹੋ, ਕੱਲ੍ਹ ਨੂੰ ਸਰਪੰਚ ਸਾਹਿਬ ਕਹਿਣਗੇ ਬਈ ਮੇਰੀ ਤਾਂ ਚੰਡੀਗੜ੍ਹ 'ਚ ਕੋਈ ਸੁਣਦਾ ਨਹੀਂ, ਮੈਂ ਤਾਂ ਫਲਾਣੀ ਪਾਰਟੀ ਦਾ, ਆਮ ਆਦਮੀ ਪਾਰਟੀ ਨਾਲ ਤਾਂ ਵਿਤਕਰਾ ਕਰਦੇ, ਸਾਡੇ ਪਿੰਡ ਨਾਲ ਵਿਤਕਰਾ ਕਰਦੇ, ਅਤੇ ਲੋਕ ਜ਼ਿਆਦਾਤਰ ਕੀ ਕਰਦੇ ਰੂਲਿੰਗ ਪਾਰਟੀ ਦੇ ਬੰਦੇ ਨੂੰ ਸਪੋਰਟ ਕਰਨਗੇ। ਦੂਸਰਾ ਇੱਕ ਜੋ ਆਰੋਪ ਲੱਗਦੇ ਨੇ ਇੰਡੀਅਨ ਪੋਲੀਟਿਕਸ ਦੇ ਵਿੱਚ ਕਿ ਜਿਹੜੀ ਪਾਰਟੀ ਦੇ ਹੱਥ 'ਚ ਡੰਡਾ ਹੁੰਦਾ, ਜਿਹਦੀ ਪਾਰਟੀ ਦੇ ਹੱਥ 'ਚ ਸਰਕਾਰ ਹੁੰਦਾ, ਉਹ ਫਿਰ ਸਰਕਾਰੀ ਮਸ਼ੀਨਰੀ ਦਾ ਮਿਸਯੂਜ਼ ਹੋ ਕੇ ਇੱਕ ਉਹ ਹੋਲਡ ਬਣ ਜਾਂਦਾ ਅਤੇ ਇੱਕ ਪ੍ਰਸੈਪਸ਼ਨ ਬਣ ਜਾਂਦੀ ਹੈ, ਤਾਂ ਰੂਲਿੰਗ ਪਾਰਟੀ ਨੂੰ ਇਹਦੀ ਮਾਈਲੇਜ ਮਿਲਦੀ ਹੈ ਜਿਹੜੀ ਇਸ ਵਾਰੀ ਕਾਂਗਰਸ ਨੂੰ ਮਿਲਦੀ ਦਿਖਾਈ ਦੇ। ਵੀ ਹੈਵ ਆਲਵੇਜ਼ ਸੀਨ, ਜਿਵੇਂ ਆਪਾਂ ਲੋਕਤੰਤਰ ਦੀ ਗੱਲ ਕਰਦੇ ਹਾਂ, ਲੇਕਿਨ ਜਦ ਵੀ ਚੋਣਾਂ ਆਉਂਦੀਆਂ ਹਨ ਪੰਜਾਬ ਦੇ ਵਿੱਚ ਡੰਡਾ ਤੰਤਰ ਜਿਹੜਾ ਉਹ ਸ਼ੁਰੂ ਹੋ ਜਾਂਦਾ, ਮਤਲਬ ਜਿਵੇਂ ਬੂਥ ਕੈਪਚਰਿੰਗ ਦੀ ਅਸੀਂ ਗੱਲ ਕਰ ਲਈਏ, ਹੁਣ ਜਿਵੇਂ ਸਾਡੇ ਕਾਲਰ ਵੀ ਕਹਿ ਕੇ ਗਏ ਸੀਗੇ ਗੁੰਡਾਗਰਦੀ ਦੇ ਨਾਲ ਜਿਹੜੇ ਨੇ ਉਹ ਚੋਣਾਂ ਨੂੰ ਜਿੱਤਿਆ ਜਾਂਦਾ ਹੈ, ਚਾਹੇ ਉਹ ਸਰਪੰਚੀ ਦੇ ਚੋਣਾਂ ਹੋਣ, MLA ਦੇ ਚੋਣਾਂ ਹੋਣ, ਤਾਂ ਤੁਹਾਨੂੰ ਲੱਗਦਾ ਕਿ ਇਹ ਤਸਵੀਰ ਜਿਹੜੀ ਹੈ ਇਹ ਵੀ ਕਿਤੇ ਨਾ ਕਿਤੇ ਹਜੇ ਧੁੰਦਲੀ ਪਈ ਹੋਈ ਹੈ? ਦੇਖੋ, ਇੱਕ ਸਰਕਾਰੀ ਮਸ਼ੀਨਰੀ ਦਾ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ, ਇੱਕ ਸਪੋਰਟ ਜ਼ਰੂਰ ਮਿਲਦਾ ਹੈ ਸਰਕਾਰ, ਜਿਹੜੇ ਵੀ ਸਰਕਾਰ ਹੁੰਦੀ ਹੈ, ਜਿਹੜੀ ਵੀ ਪਾਰਟੀ ਦੀ ਸਰਕਾਰ ਹੁੰਦੀ ਹੈ, ਉਹਨੂੰ ਸਰਕਾਰੀ ਮਸ਼ੀਨਰੀ ਦਾ ਕਾਫੀ ਸਪੋਰਟ ਮਿਲ ਜਾਂਦਾ ਹੈ, ਪੁਲਿਸ ਦਾ ਸਪੋਰਟ ਮਿਲ ਜਾਂਦਾ ਹੈ, ਲੋਕਾਂ ਨੂੰ ਵੀ ਇਹ ਪ੍ਰਸੈਪਸ਼ਨ ਹੋ ਜਾਂਦਾ ਕਿ ਹੁਣ ਕੋਈ ਕਿਹੜੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਸਰਪੰਚ ਬਣਾ ਦੇਗੀ, ਉਹਨੂੰ ਪਤਾ ਹੈ ਕਿ ਕੱਲ੍ਹ ਨੂੰ ਅੱਜ ਇਹਨੂੰ ਜਿਤਾਤਾ, ਇਹਨੂੰ ਸਰਪੰਚ ਬਣਾਤਾ, ਉਸ ਤੋਂ ਬਾਅਦ ਇਹਨੇ ਕਹਿਣਾ ਭਾਈ ਮੇਰੀ ਤਾਂ ਕੋਈ ਚੰਡੀਗੜ੍ਹ 'ਚ ਸੁਣਦਾ ਨਹੀਂ, ਮੈਂ ਤਾਂ ਪਿੰਡ ਦੇ ਵਿਕਾਸ ਲਈ ਫੰਡ ਲੈਣ ਗਿਆ ਸੀ, ਰਕਮ ਲੈਣ ਗਿਆ ਸੀ, ਉਹਨਾਂ ਨੇ ਤਾਂ ਮੈਨੂੰ ਦਿੱਤੀ ਨਹੀਂ, ਆਹ ਚੀਜ਼ ਹੋ ਗਈ। ਤਾਂ ਉਹ ਇੱਕ ਲੈਵਲ ਆਫ ਪਾਵਰ ਹੈ, ਜੋ ਕਿ ਪਾਵਰ ਸੈਂਟਰ ਹੈ ਸਰਪੰਚ ਪਿੰਡ ਦਾ, ਜੋ ਰੂਲਿੰਗ ਪਾਰਟੀ ਦੇ ਨਾਲ ਸੰਬੰਧਿਤ ਹੋਏਗਾ ਤਾਂ ਹੀ ਪਿੰਡ ਦਾ ਵਿਕਾਸ ਹੋਏਗਾ, ਇਹ ਪ੍ਰਸੈਪਸ਼ਨ ਲੋਕਾਂ ਨੂੰ ਮੰਨਿਆ ਜਾਂਦਾ, ਜਿਹਦਾ ਹਰ ਵਾਰੀ ਸ਼੍ਰੋਮਣੀ ਅਕਾਲੀ ਦਲ ਨੂੰ 10 ਸਾਲ ਇਹਦਾ ਫਾਇਦਾ ਮਿਲਿਆ। ਹੁਣ ਪੋਲੀਟੀਕਲ ਮਾਈਲੇਜ ਕਾਂਗਰਸ ਲੈ ਸਕਦੀ ਹੈ, ਔਰ ਲੈਣਾ ਉਹ ਲੈਣ ਦੀ ਕੋਸ਼ਿਸ਼ ਕਰੇਗੀ। ਜਿਸ ਤਰ੍ਹਾਂ ਇੱਕ ਤਾਂ ਓਪੋਜੀਸ਼ਨ ਦੀ ਜਿਹੜੀ ਪ੍ਰੋਬਲਮਸ ਚੱਲ ਰਹੀਆਂ ਨੇ ਉਹ ਦੋ ਤਾਂ ਹੈਗੀਆਂ ਹੀ ਨੇ, ਔਰ ਇੱਕ ਇਹ ਹੋਏਗਾ ਕਿ ਉਹ ਪਿੰਡਾਂ ਦਾ ਵਿਕਾਸ ਇਹਦੇ ਨਾਲ ਇਹਦਾ ਬੜਾ ਫਰਕ ਪੈਂਦਾ। ਜਿੱਦਾਂ ਤੁਹਾਨੂੰ ਮੈਂ ਕਿਹਾ ਕਿ ਕੱਲ੍ਹ ਨੂੰ ਜਿਸ ਤਰ੍ਹਾਂ ਹੁਣ ਕੋਈ ਸਰਕਾਰ ਹੋਏ, ਹੁਣ ਪੰਜਾਬ ਦੀ ਸਰਕਾਰ ਹੈ, ਕਾਂਗਰਸ ਦੀ ਸਰਕਾਰ ਹੈ, ਹੁਣ ਕੱਲ੍ਹ ਨੂੰ ਇਹ ਕਹਿਣ ਦੀ ਸਾਨੂੰ ਸੈਂਟਰ ਦੀ ਮੋਦੀ ਸਰਕਾਰ ਸਾਨੂੰ ਸਪੋਰਟ ਨਹੀਂ ਕਰਦੀ, ਜਿਹੜੀ ਸੈਂਟਰ ਦੀ ਸਕੀਮਾਂ ਦਾ ਪੈਸਾ ਸਾਨੂੰ ਪੂਰਾ ਮਿਲਦਾ ਨਹੀਂ, ਉਹ ਯੋਗੀ ਆਦਿੱਤਿਆਨਾਥ ਨੂੰ ਯੂਪੀ 'ਚ ਮਿਲ ਜਾਏਗਾ ਔਰ ਪੰਜਾਬ 'ਚ ਨਹੀਂ ਮਿਲੇਗਾ, ਅਤੇ ਉਹੀ ਚੀਜ਼ ਤੁਸੀਂ ਪੰਚਾਇਤ ਔਰ ਚੰਡੀਗੜ੍ਹ ਨਾਲ ਜੋੜ ਕੇ ਦੇਖੋ, ਉਹ ਪਾਵਰ ਦੀ ਇੱਕ ਲਾਈਨ ਆਫ ਪਾਵਰ 'ਤੇ ਚਾਹੀਦੀ ਹੈ ਨਾ। ਕਰੈਕਟ, ਮੇਰੇ ਨਾਲ ਕਾਲਰਸ ਵੀ ਕਾਫੀ ਸਾਰੇ ਜੁੜੇ ਹੋਏ ਨੇ, ਉਹਨਾਂ ਦੇ ਵੀ ਵਿਚਾਰ ਅਸੀਂ ਜਾਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਕੌਣ ਜੀ? ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਪਾ ਰਹੇ ਹੋ? ਹਾਂਜੀ ਜੀ, ਆਪਣੇ ਵਿਚਾਰ ਤੁਸੀਂ ਰੱਖ ਸਕਦੇ ਹੋ, ਤੁਸੀਂ ਔਨ ਏਅਰ ਹੋ। ਹੈਲੋ ਹੈਲੋ, ਤੁਹਾਨੂੰ ਆਵਾਜ਼ ਆ ਰਹੀ ਹੈ ਜੀ? ਆਵਾਜ਼ ਤਾਂ ਆ ਰਹੀ ਹੈ, ਮੈਨੂੰ ਲੱਗਦਾ। ਸੋ ਆਈ ਥਿੰਕ ਕਿ ਕੋਈ ਟੈਕਨੀਕਲ ਇਸ਼ੂ ਕਾਰਨ ਉਹਨਾਂ ਦੀ ਫੋਨ ਜਿਹੜੀ ਹੈ ਸਾਡਾ ਕੱਟ ਗਿਆ। ਵਿਚਾਰ ਆਪਾਂ ਇੱਥੇ ਕਰ ਰਹੇ ਸੀਗੇ, ਇੱਕ ਸਭ ਤੋਂ ਵੱਡੀ ਗੱਲ ਜਿਹੜੀ ਸਾਹਮਣੇ ਆਈ ਮੀਡੀਆ ਰਿਪੋਰਟ ਦੇ ਵਿੱਚ, ਇਹ ਵੀ ਗੱਲ ਸਾਹਮਣੇ ਨਿਕਲ ਕੇ ਆਈ ਕਿ ਜਿਹੜਾ ਸਰਪੰਚ ਆ ਉਹਦਾ ਡੋਪ ਟੈਸਟ ਹੋਣਾ ਚਾਹੀਦਾ ਔਰ ਮੈਟ੍ਰਿਕ ਪਾਸ ਹੋਣਾ ਚਾਹੀਦਾ, ਕਿਉਂਕਿ ਗੁਆਂਢੀ ਸੂਬੇ ਨੇ, ਹਰਿਆਣਾ ਨੇ ਇੰਪਲੀਮੈਂਟ ਕੀਤਾ, ਉਹਨਾਂ ਨੇ ਮਤਾ ਪਾਸ ਕਰਕੇ ਬਾਕਾਇਦਾ ਤੌਰ 'ਤੇ ਇਸ ਗੱਲ ਨੂੰ ਇੰਪਲੀਮੈਂਟ ਕੀਤਾ। ਜਦ ਹਰਿਆਣਾ ਦੇ ਵਿੱਚ ਹੋ ਸਕਦਾ ਹੈ ਤਾਂ ਤੁਹਾਨੂੰ ਲੱਗਦਾ ਕਿ ਇਹ ਵੀ ਲਾਜ਼ਮੀ ਹੈਗਾ ਔਰ ਜ਼ਰੂਰੀ ਹੈਗਾ ਕਿ ਪੰਜਾਬ ਦੇ ਵਿੱਚ ਵੀ ਇਹਨੂੰ ਲਾਗੂ ਕੀਤਾ ਜਾਵੇ ਜਾਂ ਹੋ ਸਕਦਾ ਸੀਗਾ? ਦੇਖੋ, ਇੱਕ ਬੜਾ ਅਨਫੋਰਚੁਨੇਟ ਹੈ, ਪੰਜਾਬ ਦੀ ਜਿਹੜੀ ਸਿਆਸਤ ਹੈ ਨਾ ਉਹ ਕਈ ਐਸੇ ਉਲਟੇ ਸਿੱਧੇ ਚੱਕਰਾਂ 'ਚ ਪਈ ਰਹਿੰਦੀ ਹੈ ਕਿ ਵਿਕਾਸ ਵੱਲ ਇਹੋ ਜਿਹੀ ਚੀਜ਼ਾਂ ਜਿਹੜੇ ਅਸਲੀ ਮੁੱਦੇ ਨੇ ਉਹਨਾਂ ਵੱਲ ਕਦੀ ਧਿਆਨ ਜਾਂਦਾ ਹੀ ਨਹੀਂ। ਕੋਈ ਨਾ ਕੋਈ ਕਦੀ ਡਰੱਗਸ ਦਾ ਮੁੱਦਾ ਆ ਗਿਆ, ਕਦੀ ਇਹ ਵਾਲਾ ਬੇਅਦਬੀ ਦਾ ਮਾਮਲਾ ਆ ਗਿਆ, ਅਤੇ ਹਰਿਆਣਾ ਤੋਂ ਇੱਕ ਸਬਕ ਪੰਜਾਬ ਨੂੰ ਸਿੱਖ ਸਕਦੇ ਸੀ, ਪੰਜਾਬ ਤੋਂ ਲਿਆ ਜਾ ਸਕਦਾ ਸੀਗਾ। ਡੋਪ ਟੈਸਟ ਕਰਾਉਣ ਦੀ ਤਜਵੀਜ਼ ਕਿਸਨੇ ਰੱਖੀ? ਸੀਐਮ ਕੈਪਟਨ ਅਮਰਿੰਦਰ ਸਿੰਘ ਨੇ, ਜਦੋਂ ਉਹਨਾਂ ਨੇ ਕਿਹਾ ਕਿ ਸਰਕਾਰੀ ਜਿਤਨੇ ਮੁਲਾਜ਼ਮ ਨੇ ਉਹਨਾਂ ਦਾ ਡੋਪ ਟੈਸਟ ਕਰਾਓ, ਫਿਰ ਕਿਸੇ ਨੇ ਕਿਹਾ ਜੀ ਪੁਲਿਸ ਅਫਸਰਾਂ ਦੇ ਵੀ, ਪੁਲਿਸ ਮੁਲਾਜ਼ਮਾਂ ਦੇ ਵੀ ਡੋਪ ਟੈਸਟ ਕਰਾਓ। ਉਸ ਤੋਂ ਪਹਿਲਾਂ ਥੋੜ੍ਹੇ ਦਿਨ ਪਹਿਲਾਂ ਇਹ ਤਜਵੀਜ਼ ਰੱਖੀ ਗਈ ਸੀ ਕਿ ਜਿਹੜੇ ਪੰਚਾਇਤ ਦੇ ਜੋ ਚੁਣਾਵ ਹੋਣਗੇ, ਜਿਹੜੇ ਵੀ ਬੰਦੇ ਪੰਚਾਇਤ ਦੇ ਚੁਣਾਵ ਲੜਨਾ ਚਾਹੁੰਦੇ ਆ,
ਇੱਕ ਮੈਟ੍ਰਿਕ ਪਾਸ ਹੋਣਾ ਚਾਹੀਦਾ ਘੱਟ ਤੋਂ ਘੱਟ ਸਰਪੰਚ ਪੜ੍ਹਿਆ ਲਿਖਿਆ ਤਾਂ ਹੋਵੇ, ਉਹ ਵੀ ਤਜਵੀਜ਼ ਪੰਜਾਬ ਸਰਕਾਰ ਉਹਨੂੰ ਪੰਜਾਬ ਦੇ ਵਿੱਚ ਨਹੀਂ ਲਾਗੂ ਕਰਾ ਪਾਈ। ਹਰਿਆਣਾ ਵਾਲਿਆਂ ਨੇ ਕਰਵਾ ਲਿਆ, ਪੰਜਾਬ ਦੇ ਵਿੱਚ ਬੜਾ ਅੱਛਾ ਗੋਲਡਨ ਚਾਂਸ ਸੀਗਾ ਕਿ ਤੁਸੀਂ ਘੱਟ ਤੋਂ ਘੱਟ ਪੰਚਾਇਤ ਲੈਵਲ ਤੋਂ ਜ਼ਿਲ੍ਹਾ ਪਰਿਸ਼ਦ ਲੈਵਲ ਤੋਂ ਇੱਕ ਪੋਲੀਟੀਕਲ ਸਿਸਟਮ ਨੂੰ ਰਿਫਾਈਨ ਕਰ ਸਕਦੇ ਸੀ, ਕਲੀਨ ਕਰ ਸਕਦੇ ਸੀਗੇ, ਉਹ ਵੀ ਨਹੀਂ ਹੋਇਆ। ਹੁਣ ਤਾਂ ਵੀਅਰ ਹੁਣ ਪੰਜਾਬ ਦੇ ਵਿੱਚ ਇਲੈਕਸ਼ਨ ਜਿਹੜੇ ਤੋਂ ਪੁਰਾਣੇ ਢੰਗ ਨਾਲ ਹੀ ਲੜੇ ਜਾ ਰਹੇ ਨੇ, ਉਹ ਕੋਈ ਵੀ ਤਜਵੀਜ਼ ਇਹਨਾਂ ਦੀ ਕਾਬੂ ਕੰਮ ਨਹੀਂ ਆਈ। ਐਜੂਕੇਸ਼ਨ ਮਿਨਿਸਟਰ ਸਾਡੇ ਮੁਲਕ ਦੇ ਵਿੱਚ, ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਐਜੂਕੇਟ ਹੋਣ ਦੀ ਲੋੜ ਹੈ, ਕਿਉਂਕਿ ਕਈ ਖਬਰਾਂ ਸਾਹਮਣੇ ਆਈਆਂ ਹਨ ਕਿ ਡਿਗਰੀ ਜਿਹੜੀ ਹੈ ਉਹਨਾਂ ਦੀ ਵੀ ਫੇਕ ਹੈਗੀ ਆ, ਔਰ ਉਹ ਐਜੂਕੇਸ਼ਨ ਮਿਨਿਸਟਰ ਹਨ, ਜੇਲ੍ਹਾਂ ਦੇ ਵਿੱਚ ਰਹਿ ਰਹਿ ਕੇ ਚੋਣਾਂ ਲੜੀਆਂ ਜਾਂਦੀਆਂ ਹਨ। ਤਾਂ ਲੱਗਦਾ ਇਸ ਲੋਕਤੰਤਰ ਦੇ ਵਿੱਚ ਇਹ ਗੱਲਾਂ ਦੇ ਉੱਤੇ ਵੀ ਗੱਲ ਹੋਣੀ ਚਾਹੀਦੀ ਹੈ। ਮੇਰੇ ਨਾਲ ਕਾਲਰ ਵੀ ਕਾਫੀ ਸਾਰੇ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਗੱਲ ਹੈਗੀ ਏਦਾਂ ਭਾਈ, ਤੁਹਾਡੀ ਜਿਹੜੀ ਹੈਗੀ ਆ ਡਰੈਸ ਬਹੁਤ ਵਧੀਆ, ਅਚਕਨ ਪਾਈ ਹੋਈ ਆ, ਵਧੀਆ। ਥੈਂਕ ਯੂ ਜੀ, ਥੈਂਕ ਯੂ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਵੈਰੀ ਗੁੱਡ ਜੀ। ਬਟ ਉਹ ਕਹਿੰਦੇ ਹਰਿਆਰ ਸਾਹਿਬ ਕਹਿੰਦੇ ਨੇ ਹਰ ਸ਼ਾਖ ਤੇ ਉੱਲੂ ਬੈਠਾ ਹੈ ਜੀ ਜੀ, ਫਿਰ ਤਾਂ ਕੀ ਹੋਗਾ। ਹਾਂਜੀ ਜੀ ਜੀ, ਮੈਂ ਕਹਿੰਦਾ ਨਾ ਅਣਖੀ ਲੋਕ ਮਰਦਾਨਗੀ ਨਾ ਮੰਨ ਵਾਲੇ ਦੁਰਦਲ ਕੰਮਾਂ ਦੇ ਵਿੱਚ ਜਾਨ ਨੇ ਪਾ ਜਾਂਦੇ, ਆਪਣੀ ਜ਼ਿੰਦਗੀ ਦੇ ਵਿੱਚ ਔਰ ਤੁਹਾਡੇ ਵੀ ਐਕਸਪੀਰੀਅੰਸ ਹੋਣਗੇ, ਆਖਿਰਕਾਰ ਤੁਸੀਂ ਕੀ ਚਾਹੁੰਦੇ ਹੋ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਰਪੰਚ ਹੈ, ਜਿਹੜੀ ਹੈ ਹੇਠਲੀ ਸਿਆਸਤ ਹੈ, ਰਾਜਨੀਤੀ ਹੈ, ਇਹ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ, ਤਾਂ ਕਿ ਜਿਵੇਂ ਸ਼ਰਮਾ ਜੀ ਨੇ ਸਾਨੂੰ ਦੱਸਿਆ ਕਿ ਇੱਕ ਰਿਫਾਈਨ ਕਰਨ ਦੀ ਲੋੜ ਹੈਗੀ ਹੈ, ਤਾਂ ਕਿ ਬੋਟਮ ਲੈਵਲ ਤੋਂ ਸ਼ੁਰੂਆਤ ਹੋ ਸਕੇ ਔਰ ਜਦ ਅਸੀਂ MP ਲੈਵਲ ਤੱਕ ਪਹੁੰਚੀਏ ਤਾਂ ਰਿਫਾਈਨਡ ਜਿਹੜੀ ਪੋਲੀਟਿਕਸ ਹੈ ਉਹ ਵੇਖਣ ਨੂੰ ਮਿਲੇ, ਤਾਂ ਕਿ ਪੰਜਾਬ ਦੇ ਭਵਿੱਖ ਦੇ ਲਈ ਗੱਲ ਹੋ ਸਕੇ, ਪੰਜਾਬ ਦੇ ਅਸਲੀ ਮੁੱਦਿਆਂ ਦੇ ਲਈ ਗੱਲ ਹੋ ਸਕੇ ਔਰ ਸਿਆਸਤ ਜਿਹੜੀ ਹੈ ਉਸ ਤੋਂ ਦੂਰ ਬੰਦਾ ਹੋ ਕੇ ਆਪਣੀ ਤਸਵੀਰ, ਜਿਹੜੀ ਪਿੰਡਾਂ ਦੀ ਤਸਵੀਰ ਹੈ, ਜਿਹੜੀ ਬਹੁਤ ਹੀ ਮੈਂ ਦੁੱਖ ਦੇ ਨਾਲ ਕਹਾਂਗਾ ਕਿ ਹਜੇ ਉਹਨਾਂ ਦੇ ਉੱਤੇ ਵਿਚਾਰ ਨਹੀਂ ਹੁੰਦਾ, ਜੋ ਇੱਕ ਘਰ ਪਰਿਵਾਰ ਦੇ ਵਿੱਚ ਚੂਲਾ ਤੱਕ ਨਹੀਂ ਜਲ ਰਿਹਾ। ਤੁਹਾਨੂੰ ਲੱਗਦਾ, ਮੈਂ ਇਹ ਸਵਾਲ ਜ਼ਰੂਰ ਤੁਹਾਡੇ ਤੋਂ ਲਊਂਗਾ ਕਿ ਉਸ ਸਰਪੰਚ ਦੀ ਲੋੜ ਹੈ ਸਾਨੂੰ, ਜਿਹਨੂੰ ਪਤਾ ਹੋਇਆ ਕਿ ਅੱਜ ਕਿਸ ਘਰ ਦੇ ਵਿੱਚ ਚੂਲਾ ਨਹੀਂ ਜਲਿਆ, ਅੱਜ ਕਿਸ ਘਰ ਦੇ ਵਿੱਚ ਚਿੱਟੇ ਕਾਰਨ ਅੱਜ ਇੱਕ ਜਵਾਕ ਦੀ ਮੌਤ ਹੋ ਗਈ, ਕਿਹੜੀ ਧੀ ਜਿਹੜੀ ਹੈ ਹਜੇ ਤੱਕ ਨਹੀਂ ਵਿਆਹੀ ਗਈ, ਕਿਹੜੀ ਧੀ ਹੈ ਜਿਹੜੀ ਵਿਆਹੀ ਗਈ ਹੈ ਉਸ ਫਰੋਡ ਲਾੜੇ ਦੇ ਨਾਲ, ਲੇਕਿਨ ਅੱਜ ਤੱਕ ਆਪਣੇ ਉਹ ਪਰਿਵਾਰ ਦੇ ਵਿੱਚ ਨਹੀਂ ਗਈ, ਕੀ ਅੱਜ ਰੋਜ਼ਗਾਰ ਜਿਹੜਾ ਇਸ ਮੁੰਡੇ ਨੂੰ ਨਹੀਂ ਮਿਲਿਆ, ਅੱਜ ਜਿਹੜਾ ਬਜ਼ੁਰਗ ਹੈ ਇਹਦੇ ਕੋਲ ਪੈਨਸ਼ਨ ਨਹੀਂ ਆ ਰਹੀ, ਅੱਜ ਕਿਸ ਘਰ ਦੇ ਵਿੱਚ ਰਾਸ਼ਨ ਨਹੀਂ ਹੈਗਾ, ਅੱਜ ਕਿਹੜਾ ਕਿਸਾਨ ਜਿਹੜਾ ਹੈ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਗਿਆ ਕੀਟਨਾਸ਼ਕ ਪੀ ਕੇ। ਤੁਹਾਨੂੰ ਲੱਗਦਾ ਇਸ ਸਰਪੰਚ ਦੀ ਸਾਨੂੰ ਲੋੜ ਹੈ? ਔਰ ਜੇਕਰ ਤੁਹਾਨੂੰ ਵੀ ਲੱਗਦਾ ਤਾਂ ਤੁਸੀਂ ਵੀ ਸਾਨੂੰ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਕਰਾਂਗੇ ਵਿਚਾਰ ਵਟਾਂਦਰਾ, ਸਾਡਾ ਬਦਸਤੂਰ ਜਾਰੀ ਹੈ ਇਹ ਵਿਸ਼ਾ ਇਸ ਬ੍ਰੇਕ ਤੋਂ ਉਸ ਪਾਰ।